ਬਾਈ ਜੀ ਜਿਹੜਾ ਬੜੀ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਹੈ ਜਿਹੜਾ ਪੰਜਾਬ ਦੇ ਵਿੱਚ ਵੀ ਤੁਸੀਂ ਉਪਰਾਲਾ ਕਰ ਰਹੇ ਜੀ ਜੀ ਬਾਕੀ ਆਉਣ ਵਾਲੇ ਜਿਹੜਾ 2025 ਸਾਲ ਜੀ ਉਹਦੇ ਵਿੱਚ ਆਪਾਂ ਕੀ ਮਤਲਬ ਪਲੈਨਿੰਗਾਂ ਤੁਹਾਡੀਆਂ ਕੋਈ ਥੋੜ੍ਹੀ ਬਹੁਤੀ ਮੀਟਿੰਗ ਹੋਈ ਹੈ ਜਾਂ ਕਬੂਤਰਬਾਜ਼ੀ ਬਾਰੇ ਦੋ ਸ਼ਬਦ ਹੋਰ ਸਾਨੂੰ ਦੱਸੋ ਵੀ ਉਹ 'ਚ ਕੀ ਅਗਲਾ ਪਲੈਨ ਕੀ ਆ? ਸਰ ਜੀ ਪਲੈਨ ਇਹ ਆ, ਅਸੀਂ ਸਾਰਿਆਂ ਨੇ ਬੈਠ ਕੇ ਪਲੈਨ ਇਹ ਕੀਤਾ ਕਿ 2025 ਦੇ ਵਿੱਚ ਜੰਮੂ ਕੱਪ ਉੱਡੇਗਾ ਜੀ, ਅੰਮ੍ਰਿਤਸਰ ਦੇ ਵਿੱਚ ਕੱਪ ਉੱਡੇਗਾ ਜੀ, ਠੀਕ ਹੈ ਜੀ, ਪਰ ਹਜੇ ਉਹਦਾ ਫਾਈਨਲ ਨਹੀਂ ਕੀਤਾ। ਅਸੀਂ ਸਾਰੇ ਕਮੇਟੀ ਬੈਠ ਕੇ ਸਾਰਾ ਫਾਈਨਲ ਕਰਕੇ ਫਿਰ ਅਸੀਂ ਉਹਨੂੰ ਪੂਰਾ ਪੋਸਟ ਬਣਾ ਕੇ ਜਿੱਦਾਂ ਵੀ ਕਰਕੇ ਚਾੜਾਂਗੇ, ਇਨਾਮ ਮਾਤ ਜੋ ਵੀ ਆ ਸਾਰਾ ਕੁਛ ਪਹਿਲਾਂ ਕਲੀਅਰ ਕਰਾਂਗੇ, ਐਂਟਰੀ ਵੀ ਸਾਰਾ ਕੁਛ, ਤੇ ਥੋੜਾ ਟਾਈਮ ਲੱਗੇਗਾ, ਜਿਵੇਂ ਵੀ ਇੱਕ ਮਹੀਨਾ ਲੱਗ ਜਾਏਗਾ ਕਰਕੇ ਫਿਰ ਅਸੀਂ ਅਨਾਉਂਸ ਕਰਾਂਗੇ ਫਿਰ ਉਹਦੀ ਤਿਆਰੀ ਜੀ। ਤਾਂ ਦੋਸਤੋ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਵਾਸੀਓ ਜੀ, ਬੜੀ ਖੁਸ਼ੀ ਦੀ ਗੱਲ ਹੈ ਕਿ ਬਾਈ ਜੀ ਨੇ ਅਨਾਉਂਸ ਕਰ ਦਿੱਤਾ ਹੈ। ਤੁਸੀਂ ਜਿਹੜਾ ਉਹ ਕੱਪ ਹੈ ਇੰਨਾ ਸ਼ਾਨਦਾਰ ਬਣਾ ਦਿਓ, ਮੇਨ ਹੈ ਏਕਤਾ, ਏਕਤਾ ਰੱਖਿਓ, ਪਿੱਛਾ ਬਾਈ ਜੀ ਨਹੀਂ ਵਿਖਾਉਣਗੇ, ਸਾਥ ਬਾਈ ਜੀ ਰਾਸਤੇ ਜਿਹੜੇ, ਪਰ ਡੀ ਐਸ ਪੀ ਸਾਹਿਬ ਵੀ ਪਾਰਟ ਆਫ ਦ ਗੇਮ ਨੇ, ਸਾਰਿਆਂ ਨੇ ਮਿਲ ਕੇ ਮੀਟਿੰਗ ਕਰਤੀ, ਸਾਰਿਆਂ ਨੇ ਸਾਰਾ ਕੁਛ, ਸੁਰਵਿੰਦਰ ਭਾਜੀ, ਕਪਿਲ ਭਾਜੀ, ਮੈਂ ਤੇ ਬਾਕੀ ਸਾਰੇ ਜਿੰਨੇ ਮੈਂਬਰ ਨੇ, ਉਹ ਸਾਰਾ ਕੁਛ ਕਰਕੇ ਕਲੀਅਰ ਆਉਣ ਵਾਲੇ ਮਹੀਨੇ ਦੇ ਵਿੱਚ ਹੋ ਸਕਦਾ ਸਾਰਾ ਕੁਛ ਕਲੀਅਰ। ਸਾਡੇ ਚੈਨਲ ਦੇ ਜ਼ਰੀਏ ਵੀ ਅਸੀਂ ਬੇਨਤੀ ਕਰਾਂਗੇ ਕਿ ਜਿੰਨੇ ਅੰਮ੍ਰਿਤਸਰ ਵਾਸੀ ਹੈ ਸਾਰੇ ਯਾਰ ਇੱਕ ਜੁੱਟ ਹੋ ਜਾਓ, ਤਾਂ ਕਿ ਆਪਾਂ ਹੋਰ ਵੀ ਬਾਈ ਜੀ ਦਾ ਇਹ ਨਹੀਂ ਵੀ ਪੰਜਾਬ ਤੋਂ ਹੁਣ ਸਟਾਰਟ ਹੋਇਆ, ਆਲ ਇੰਡੀਆ ਦੇ ਵਿੱਚ ਵੀ ਇੱਕ ਦਿਨ ਆਊਗਾ ਜਦੋਂ ਸਰਦਾਰ ਮਨਜੀਤ ਸਿੰਘ ਔਜਲਾ ਤੇ ਸਾਰੀ ਟੀਮ ਉਹਨਾਂ ਦੀ ਇੱਕ ਕੱਪ ਉੱਡੂਗਾ, ਇੱਕ ਜਿਵੇਂ ਕਹਿੰਦੇ ਵਰਲਡ ਕੱਪ ਉੱਡੂਗਾ। ਬਿਲਕੁਲ ਜੀ, ਅਸੀਂ ਮੇਰੀ ਕੋਸ਼ਿਸ਼ ਇਹ ਹੈ ਸਾਡੀ ਸਾਰਿਆਂ ਦੀ, ਅਸੀਂ ਪਾਕਿਸਤਾਨ ਦੇ ਲੈਵਲ ਤੋਂ ਕਬੂਤਰਬਾਜ਼ੀ ਉੱਪਰ ਲਿਜਾਣੀ ਜੀ।